ਪਿਆਰੇ ਵਿਦਿਆਰਥੀਓ ਸਾਡਾ ਅੱਜ ਦਾ ਲੈਸਨ ਅਬਦ ਅਸਮਦ ਖਾਂ ਜਕਰੀਆ ਖਾਂ ਮੀਰ ਮੰਨੂ ਅਤੇ ਉਹਨਾਂ ਦੇ ਸਿੱਖਾਂ ਨਾਲ ਸੰਬੰਧ ਅਸੀਂ ਲੈਸਨ ਦੇ ਪਹਿਲੇ ਭਾਗ ਦੇ ਵਿੱਚ ਜਕਰੀਆ ਖਾਂ ਅਤੇ ਅਬਦ ਅਸਮਦ ਖਾਂ ਬਾਰੇ ਪੜਿਆ ਸੀ ਅੱਜ ਦੇ ਭਾਗ ਦੇ ਵਿੱਚ ਅਸੀਂ ਪੜਨਾਵਾਂ ਜਾਇਆ ਖਾਂ ਸ਼ਾਹ ਨਵਾਜ ਖਾਂ ਅਤੇ ਮੀਰ ਮੰਨੂ ਦੇ ਬਾਰੇ ਵਿੱਚ 1713 ਤੋਂ ਲੈ ਕੇ 1753 ਤੱਕ ਜਿੰਨੇ ਵੀ ਸੂਬੇਦਾਰ ਪੰਜਾਬ ਵਿੱਚ ਲਾਏ ਗਏ ਸਿੱਖਾਂ ਉੱਪਰ ਜ਼ੁਲਮ ਕਰਨ ਦੇ ਲਈ ਉਹ ਇੱਕ ਦੂਜੇ ਤੋਂ ਬਾਝ ਛੜ ਕੇ ਸਨ ਪਰ ਮੀਰ ਮੰਨੂ ਇਨ੍ਹਾਂ ਸਾਰਿਆਂ ਦੇ ਵਿੱਚੋਂ ਅੱਗੇ ਨਿਕਲ ਗਿਆ ਆਪਣੇ ਜ਼ੁਲਮਾਂ ਦੇ ਵਿੱਚ ਉਸ ਬਾਰੇ ਤਾਂ ਅਖਾਣ ਪ੍ਰਚਲਿਤ ਸੀ ਮੰਨੂ ਅ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਣ ਸਵਾਈ ਹੋਏ ਇਥੇ ਜਿੱਥੇ ਮਨੂ ਨੂੰ ਦਾਤਰੀ ਦਾ ਪ੍ਰਤੀਕ ਦੱਸਿਆ ਕਿ ਮਨੂ ਨੇ ਐਨੇ ਜ਼ੁਲਮ ਕੀਤੇ ਕਿ ਜਿਵੇਂ ਦਾਤਰੀ ਫਸਲ ਨੂੰ ਵੱਢਦੀ ਹੈ ਪਰ ਫਿਰ ਵੀ ਉਹ ਆਪਣੇ ਉਦੇਸ਼ ਤੇ ਵਿੱਚ ਕਾਮਯਾਬ ਨਹੀਂ ਹੋਇਆ ਕਿਉਂਕਿ ਸਿੱਖਾਂ ਨੂੰ ਇੱਕ ਅਜਹੀ ਫਸਲ ਦੇ ਰੂਪ ਦੇ ਵਿੱਚ ਦਰਸਾਇਆ ਗਿਆ ਕਿ ਉਹ ਫਸਲ ਸੀ ਸਿੱਖ ਜਿਹੜੀ ਕੱਟਣ ਤੋਂ ਬਾਅਦ ਹੋਰ ਦੁੱਗਣੀ ਹੋ ਕੇ ਫੁੱਟਦੀ ਹੈ ਮੀਰ ਮਨੂ ਨੇ ਜਿੰਨੇ ਜ਼ੁਲਮ ਕੀਤੇ ਸਿੱਖ ਦੁੱਗਣੀ ਸ਼ਕਤੀ ਦੇ ਨਾਲ ਹੋਰ ਅੱਗੇ ਆਉਂਦੇ ਰਹੇ ਅੱਜ ਅਸੀਂ ਦੇਖਾਂਗੇ ਪੜ੍ਹਾਂਗੇ ਕਿ ਯਾਇਆ ਖਾਂ ਸ਼ਾਨਵਾਇਜ਼ ਖਾਂ ਮੀਰ ਮੰਨੂ ਇਹਨਾਂ ਦਾ ਜਿਹੜਾ ਸੂਬੇਦਾਰੀ ਦਾ ਕਾਲ ਆ ਉਹ ਕਿਹੋ ਜਿਹਾ ਸੀ ਸਿੱਖਾਂ ਦੇ ਉੱਪਰ ਇਹਨਾਂ ਨੇ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀ ਯਾਇਆ ਖਾਂ 1746 ਤੋਂ 47 ਈਸਵੀ 1 ਜੁਲਾਈ 1745 ਈਸਵੀ ਨੂੰ ਅਤਿਆਚਾਰੀ ਜ਼ਕਰੀਆ ਖਾਂ ਦੀ ਮੌਤ ਹੋ ਗਈ। ਜ਼ਕਰੀਆ ਖਾਂ ਦੀ ਮੌਤ ਤੋਂ ਬਾਅਦ ਲਾਹੌਰ ਦੀ ਸੂਬੇਦਾਰੀ ਪ੍ਰਾਪਤ ਕਰਨ ਲਈ ਉਸ ਦੇ ਦੋ ਪੁੱਤਰਾਂ ਯਾਯਾ ਖਾਂ ਤੇ ਸ਼ਾਹਨਵਾਜ਼ ਖਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ। ਦਿੱਲੀ ਦੇ ਵਜ਼ੀਰ ਕਮਰੂਦੀਨ ਦੇ ਸਹਿਯੋਗ ਸਦਕਾ ਜਨਵਰੀ 1746 ਈਸਵੀ ਵਿੱਚ ਯਾਯਾ ਖਾਂ ਨੂੰ ਲਾਹੌਰ ਦਾ ਸੂਬੇਦਾਰ ਬਣਾਇਆ ਗਿਆ। ਸਿੱਖਾਂ ਉੱਤੇ ਅਤਿਆਚਾਰ ਕਰਨ ਦੇ ਮਾਮਲੇ ਵਿੱਚ ਯਾਇਆ ਖਾਨ ਆਪਣੇ ਪਿਤਾ ਜ਼ਕਰੀਆ ਖਾਨ ਅਤੇ ਦਾਦੇ ਅਬਦੁੱਸਮਦ ਖਾਨ ਤੋਂ ਕਿਸੇ ਤਰ੍ਹਾਂ ਘਟ ਨਹੀਂ ਸੀ ਉਹ ਆਪਣੇ ਪਿਤਾ ਵਰਗਾ ਜ਼ਾਲਮ ਅਤੇ ਉਸ ਤੋਂ ਵੱਧ ਕਮੀਨਾ ਅਤੇ ਕਾਇਰ ਵੀ ਸੀ ਉਸ ਨੇ ਦੀਵਾਨ ਲਖਪਤ ਰਾਏ ਨੂੰ ਆਪਣਾ ਦੀਵਾਨ ਰਹਿਣ ਦਿੱਤਾ ਤੇ ਸਿੱਖਾਂ ਉੱਪਰ ਅਤਿਆਚਾਰ ਦੀ ਨੀਤੀ ਜਾਰੀ ਰੱਖੀ ਉਦਰ ਜ਼ਕਰੀਆ ਖਾਨ ਦੀ ਮੌਤ ਤੇ ਯਾਇਆ ਖਾਨ ਦੇ ਅਹੁਦਾ ਸੰਭਾਲਣ ਦੇ ਸਮੇਂ ਦੌਰਾਨ ਪੰਜਾਬ ਵਿੱਚ ਬਗਾਵਤ ਨਹੀਂ ਫੈਲੀ ਹੋਈ ਸੀ ਇਸ ਸਿੱਧੀ ਦਾ ਲਾਭ ਉਠਾ ਕੇ ਸਿੱਖਾਂ ਨੇ ਵੀ ਆਪਣੀ ਸ਼ਕਤੀ ਨੂੰ ਸੰਗਠਿਤ ਕਰ ਲਿਆ ਸੀ। ਉਹਨਾਂ ਨੇ ਪੰਜਾਬ ਦੇ ਕਈ ਪਿੰਡਾਂ ਉੱਤੇ ਹਮਲੇ ਕਰਕੇ ਉੱਥੋਂ ਦੇ ਚੌਧਰੀਆਂ ਤੇ ਮੁਕੱਦਮਾ ਨੂੰ ਸਰਕਾਰ ਦਾ ਸਹਿਯੋਗ ਤੇ ਸਿੱਖਾਂ ਵਿਰੁੱਧ ਕਾਰਵਾਈਆਂ ਕਰਨ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਸਿੱਖ ਜਥਿਆਂ ਨੇ ਜਲੰਧਰ, ਫਗਵਾੜਾ, ਬਟਾਲਾ ਅਤੇ ਬਜਵਾੜਾ ਆਦਿ ਦੇ ਪ੍ਰਦੇਸ਼ਾਂ ਦੇ ਵਿੱਚ ਆਪਣੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਸੀ। ਉਧਰ 1746 ਈਸਵੀ ਦੇ ਵਿੱਚ ਇੱਕ ਘਟਨਾ ਹੋਈ ਜਿਸ ਵਿੱਚ ਦੀਵਾਨ ਲਖਪਤ ਰਾਏ ਦਾ ਭਰਾ ਜਸਪਤ ਰਾਏ ਮਾਰਿਆ ਗਿਆ ਇਹ ਘਟਨਾ 1746 ਈਸਵੀ ਦੀ ਹੈ ਜਿਸ ਵਿੱਚ ਐਮਰਨਾਬਾਦ ਵਿੱਚ ਗੁਰਦੁਆਰਾ ਰੋੜੀ ਸਾਹਿਬ ਦੀ ਯਾਤਰਾ ਤੇ ਜਾ ਰਹੇ ਸਿੱਖਾਂ ਦੀ ਜਸਪਤ ਰਾਏ ਦੇ ਨਾਲ ਝੜਪ ਹੋ ਗਈ ਇਸ ਝੜਪ ਦੇ ਵਿੱਚ ਜਸਪਤ ਰਾਏ ਮਾਰਿਆ ਗਿਆ ਉਸ ਦੀ ਮੌਤ ਨਾਲ ਸੈਨਿਕਾਂ ਦੇ ਵਿੱਚ ਭਾਜੜ ਪੈ ਗਈ ਆਪਾਂ ਇਸ ਜਿੱਤ ਤੋਂ ਸਿੱਖ ਹੋਰ ਵੀ ਉਤਸ਼ਾਹਿਤ ਹੋ ਗਏ ਇਸ ਤੋਂ ਅੱਗੇ ਲਖਪਤ رائے ਦੀ ਸਿੱਖਾਂ ਵਿਰੁੱਧ ਕਾਰਵਾਈ ਜਸਪਤ ਰਾਏ ਦੀ ਮੌਤ ਦੀ ਖਬਰ ਸੁਣ ਕੇ ਉਸਦੇ ਭਰਾ ਦੀਵਾਨ ਲਖਪਤ ਰਾਏ ਦਾ ਖੂਨ ਖ올 ਉੱਠਿਆ ਉਸਨੇ ਲਾਹੌਰ ਜਾ ਕੇ ਜਾਇਆ ਖਾਂ ਨੂੰ ਬੇਨਤੀ ਕੀਤੀ ਕਿ ਮੇਰੇ ਭਰਾ ਦੀ ਮੌਤ ਦਾ ਬਦਲਾ ਲਿਆ ਜਾਵੇ ਉਸਨੇ ਆਪਣੀ ਪੱਗ ਜਾਇਆਖਾਂ ਦੇ ਪੈਰਾਂ ਤੇ ਰੱਖ ਕੇ ਸੌਂ ਖਾਦੀ ਕਿ ਇਹ ਪੱਗ ਉਦੋਂ ਹੀ ਸਿਰ ਤੇ ਬੰਨੇਗਾ ਜਦੋਂ ਸਿੱਖਾਂ ਦਾ ਨਾਮ ਉਹ ਨਿਸ਼ਾਨ ਮਟਾ ਲਵੇਗਾ ਜਾਇਆਖਾਂ ਪਹਿਲਾਂ ਹੀ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਬਾਰੇ ਸੋਚ ਰਿਹਾ ਸੀ ਉਸਨੇ ਦੀਵਾਨ ਲਖਪਤ ਰਾਏ ਨੂੰ ਸਿੱਖਾਂ ਦੇ ਨਾਲ ਸਖਤੀ ਨਾਲ ਨਜਿੱਠਣ ਦਾ ਆਦੇਸ਼ ਦਿੱਤਾ ਲਖਪਤ ਰਾਏ ਦੇ ਹੁਕਮ ਅਨੁਸਾਰ ਲਾਹੌਰ ਵਿੱਚ ਰਹਿਣ ਵਾਲੇ ਬਹੁਤ ਸਾਰੇ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਇਹ ਘਟਨਾ 10 ਮਾਰਚ 1746 ਈਸਵੀ ਦੀ ਹੈ। ਲਖਪਤ ਰਾਏ ਨੇ ਸਿੱਖਾਂ ਨੂੰ ਉਹਨਾਂ ਦੇ ਧਾਰਮਿਕ ਗ੍ਰੰਥਾਂ ਤੇ ਪੜਨ ਤੇ ਪਾਬੰਦੀ ਲਾ ਦਿੱਤੀ। ਗੁਰੂ ਸ਼ਬਦ ਬੋਲਣ ਦੀ ਵਰਤੋਂ ਕਰਨ ਤੇ ਮਨਾਹੀ ਲਾ ਦਿੱਤੀ। ਉਸ ਨੇ ਗੁਰਦ ਦੀ ਥਾਂ ਲੋਕਾਂ ਨੂੰ ਰੋੜੀ ਸ਼ਬਦ ਵਰਤਣ ਲਈ ਕਿਉਂਕਿ ਗੁਰ ਜਿਹੜਾ ਸ਼ਬਦ ਆ ਗੁਰੂ ਦੇ ਗੁਰੂ ਦੇ ਨਾਲ ਮਿਲਦਾ ਜੁਲਦਾ ਸੀ। ਇਸੀ ਤਰ੍ਹਾਂ ਗ੍ਰੰਥ ਦੀ ਥਾਂ ਤੇ ਪੋਥੀ ਸ਼ਬਦ ਦੀ ਵਰਤੋਂ ਕਰਨ ਲਈ ਕਿਹਾ ਅਤੇ ਇਹਨਾਂ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਇਸ ਤੋਂ ਇਲਾਵਾ ਲਖਪਤ ਰਾਏ ਨੇ ਆਦੀ ਗ੍ਰੰਥ ਸਾਹਿਬ ਦੀਆਂ ਬਹੁਤ ਸਾਰੀਆਂ ਪਾਵਨ ਬੀੜਾਂ ਨੂੰ ਵੀ ਨਸ਼ਟ ਕੀਤਾ। ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਨੂੰ ਗੰਦਗੀ ਨਾਲ ਭਰਾ ਦਿੱਤਾ। ਪਹਿਲਾ ਕੱਲੂ ਘਰਾ ਮਈ 1746 ਵਿ ਸਿੱਖਾਂ ਦਾ ਮਲਿਆ ਮੇਟ ਕਰਨ ਲਈ ਜਾਈਆ ਖਾਂ ਤੇ ਦੀਵਾਨ ਲਖਪਤ ਰਾਏ ਨੇ ਇੱਕ ਭਾਰੀ ਸੈਨਾ ਤਿਆਰ ਕੀਤੀ। ਉਹਨਾਂ ਨੇ ਮੁਗਲ ਸੈਨਾ ਉਹਨਾਂ ਦੇ ਅਧੀਨ ਮੁਗਲ ਸੈਨਾ ਨੇ ਲਗਭਗ 15000 ਸਿੱਖਾਂ ਨੂੰ ਅਚਾਨਕ ਕਾਨੂਵਾਲ ਵਿਖੇ ਘੇਰ ਲਿਆ। ਸਿੱਖ ਉੱਥੋਂ ਬਚ ਕੇ ਬਸੌਲੀ ਦੀਆਂ ਪਹਾੜੀਆਂ ਵੱਲ ਚਲੇ ਗਏ। ਮੁਗਲ ਸੈਨਿਕਾਂ ਨੇ ਬੜੀ ਤੇਜ਼ੀ ਨਾਲ ਉਹਨਾਂ ਦਾ ਪਿੱਛਾ ਕੀਤਾ। ਇੱਥੇ ਸਿੱਖ ਬੜੀ ਮੁਸ਼ਕਲ ਦੇ ਵਿੱਚ ਫਸ ਗਏ। ਇੱਕ ਪਾਸੇ ਉੱਚੀਆਂ ਪਹਾੜੀਆਂ ਸੀ ਤੇ ਦੂਜੇ ਪਾਸੇ ਦਰਿਆ ਰਾਵੀ ਦੇ ਵਿੱਚ ਛਾੜਾਇਆ ਹੋਇਆ ਸੀ ਪਿਛਲੇ ਪਾਸੇ ਮੁਗਲ ਸੈਨਕ ਉਹਨਾਂ ਦਾ ਪਿੱਛਾ ਕਰ ਰਹੇ ਸੀ ਤੇ ਅੱਗੇ ਪਹਾੜੀ ਰਾਜੇ ਵੀ ਜਿਹੜੇ ਸੀਗੇ ਤੇ ਲੋਕ ਵੀ ਉਹਨਾਂ ਦੇ ਕੱਟੜ ਦੁਸ਼ਮਣ ਸੀ ਸਿੱਖਾਂ ਕੋਲ ਰਸਤਾਂ ਬਿਲਕੁਲ ਹੀ ਨਹੀਂ ਸੀ ਚਾਰੇ ਦੀ ਘਾਟ ਕਾਰਨ ਘੋੜਿਆਂ ਦਾ ਵੀ ਭੁੱਖ ਨਾਲ ਬੁਰਾ ਹਾਲ ਸੀ ਇਸ ਹਮਲੇ ਵਿੱਚ 7000 ਸਿੱਖ ਸ਼ਹੀਦ ਹੋਏ ਅਤੇ ਮੁਗਲਾਂ ਨੇ 3000 ਸਿੱਖਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਸਿੱਖਾਂ ਨੂੰ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ ਸਿੱਖਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਸਿੱਖਾਂ ਦਾ ਇੱਕੋ ਸਮੇਂ ਇੰਨਾ ਭਾਰੀ ਨੁਕਸਾਨ ਹੋਇਆ ਹੋਵੇ ਇਸ ਦਰਦਨਾਕ ਘਟਨਾ ਨੂੰ ਇਤਿਹਾਸ ਵਿੱਚ ਪਹਿਲਾ ਜਾਂ ਛੋਟਾ ਕੱਲੂ ਘਰਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ਇਹ ਕੱਲੂ ਘਰਾ ਮਈ 1746 ਈਸਵੀ ਦੇ ਵਿੱਚ ਹੋਇਆ ਜਾਇਆ ਖਾਨ ਦਾ ਪਤਨ ਨਵੰਬਰ 1746 ਈਸਵੀ ਵਿੱਚ ਜਾਇਆ ਖਾਨ ਦੇ ਛੋਟੇ ਭਰਾ ਸ਼ਾਨਵਾਜ ਖਾਨ ਨੇ ਵਿਦਰੋਹ ਕਰ ਦਿੱਤਾ ਇਸ ਕਾਰਨ ਦੋਮਾ ਭਰਾਵਾਂ ਦੇ ਵਿਚਾਲੇ ਘਰੇਲੂ ਜੰਗ ਸ਼ੁਰੂ ਹੋ ਗਈ ਇਹ ਜੰਗ ਮਾਰਚ 1747 ਈਸਵੀ ਤੱਕ ਚੱਲਦੀ ਰਹੀ ਇਸ ਜੰਗ ਵਿੱਚ ਅੰਤ ਸ਼ਾਹਨਵਾਜ਼ ਖਾਂ ਸਫਲ ਹੋਇਆ ਉਸਨੇ ਯਾਹੀਆ ਖਾਂ ਤੇ ਦੀਵਾਨ ਲਖਪਤ رائے ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਇਸ ਤਰ੍ਹਾਂ ਉਹਨਾਂ ਦੇ ਅਤਿਆਚਾਰਾਂ ਦਾ ਅੰਤ ਹੋਇਆ ਪਰ ਉਹ ਸਿੱਖਾਂ ਦਾ ਅੰਤ ਨਾ ਕਰ ਸਕੇ ਸ਼ਾਨਵਾਜ਼ ਖਾਂ 1747 ਤੋਂ 48ਵੀ ਯਈਆ ਖਾਂ ਨੂੰ ਹਰਾ ਕੇ ਸ਼ਾਨਵਾਜ਼ ਖਾਂ ਲਾਹੌਰ ਦਾ ਸੂਬੇਦਾਰ ਬਣ ਗਿਆ ਸੀ ਉਸ ਨੇ ਲਖਪਤ رائے ਦੀ ਥਾਂ ਤੇ ਕੌੜਾ ਮੱਲ ਨੂੰ ਆਪਣਾ دیਵਾਨ ਨਿਯੁਕਤ ਕੀਤਾ ਦਿੱਲੀ ਦਾ ਵਜ਼ੀਰ ਸ਼ਾਨਵਾਜ਼ ਦੇ ਵਿਰੁੱਧ ਸੀ ਅਤੇ ਯਈਆ ਖਾਂ ਨੂੰ ਪੰਜਾਬ ਦਾ ਸੂਬੇਦਾਰ ਬਣਾਉਣਾ ਚਾਹੁੰਦਾ ਸੀ ਇਸ ਲਈ ਸ਼ਾਨਵਾਜ਼ ਖਾਂ ਨੇ ਅਹਿਮਦ ਸ਼ਾਹ ਅਬਦਾਲੀ ਨਾਲ ਸਮਝੌਤਾ ਕਰਕੇ ਉਸ ਨੂੰ ਭਾਰਤ ਤੇ ਹਮਲਾ ਕਰਨ ਲਈ ਸੱਦਾ ਦਿੱਤਾ ਪਰ ਪਿੱਛੋਂ ਦਿੱਲੀ ਦੇ ਵਜ਼ੀਰ ਕਮਰੂਦੀਨ ਤੇ ਸ਼ਾਹ ਨਵਾਜ਼ ਵਿੱਚ ਚੰਗੇ ਸਬੰਧ ਕਾਇਮ ਹੋ ਗਏ ਇਸ ਲਈ ਸ਼ਾਹ ਨਵਾਜ਼ ਖਾਨ ਨੇ ਆਪ ਹੀ ਅਬਦਾਲੀ ਨੂੰ ਸੱਦ ਕੇ ਆਪ ਹੀ ਉਸ ਨਾਲ ਲੜਾਈ ਕੀਤੀ ਪਰ ਹਾਰ ਗਿਆ ਕਿਉਂਕਿ ਦਿੱਲੀ ਤੋਂ ਕਮਰੂਦੀਨ ਨੇ ਕੋਈ ਸਹਾਇਤਾ ਨਹੀਂ ਭੇਜੀ ਸੀ ਪਿੱਛੋਂ ਕਮਰੂਦੀਨ ਅਹਿਮਦ ਸ਼ਾ ਅਬਦਾਲੀ ਤੋਂ ਹਾਰ ਗਿਆ ਤੇ ਲੜਾਈ ਵਿੱਚ ਮਾਰਿਆ ਗਿਆ ਪਰ ਕਮਰੂਦੀਨ ਦੇ ਪੁੱਤਰ ਮੀਰ ਮੰਨੂ ਨੇ احمد شاہ ਅਬਦਾਲੀ ਨੂੰ ਹਰਾ ਦਿੱਤਾ ਇਸ ਲਈ ਮੁਗਲ ਬਾਦਸ਼ਾਹ ਨੇ ਮੀਰ ਮੰਨੂ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ਮੀਰ ਮੰਨੂ 1748 ਤੋਂ 53 ਈਸਵੀ ਮੀਰ ਮੰਨੂ ਜੋ ਮੋਹਨੂਲ ਮੁਲਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਦੇ ਵਜ਼ੀਰ ਕਮਰੂਦੀਨ ਦਾ ਪੁੱਤਰ ਸੀ ਉਹ ਆਪਣੀ ਬਹਾਦਰੀ ਸਖਤ ਅਨੁਸ਼ਾਸਨ ਅਤੇ ਸਿਆਣੀ ਰਾਜਨੀਤੀ ਕਾਰਨ ਬੜਾ ਪ੍ਰਸਿੱਧ ਸੀ ਉਸਨੇ ਮਨੂ ਪਰ ਦੀ ਲੜਾਈ ਦੇ ਵਿੱਚ ਅਫਗਾਨਿਸਤਾਨ ਦੇ ਬਾਦਸ਼ਾਹ ਅਹਿਮਦ ਸ਼ਾ ਅਬਦਾਲੀ ਨੂੰ ਹਰਾ ਕੇ ਆਪਣੀ ਯੋਗਤਾ ਤੇ ਦਲੇਰੀ ਦਾ ਸਬੂਤ ਦਿੱਤਾ ਸੀ ਇਹਨਾਂ ਗੁਣਾਂ ਨੂੰ ਦੇਖਦੇ ਹੋਏ ਹੀ ਮੁਗਲ ਬਾਦਸ਼ਾਹ ਨੇ ਉਸ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ਅਤੇ ਬਾਅਦ ਵਿੱਚ ਉਹ ਅਹਿਮਦ ਸ਼ਾ ਅਬਦਾਲੀ ਵੱਲੋਂ ਵੀ ਪੰਜਾਬ ਦਾ ਸੂਬੇਦਾਰ ਰਿਆ ਮੀਰ ਮੰਨੂ ਦੀਆਂ ਔਕੜਾਂ ਪੰਜਾਬ ਵਿੱਚ ਸਰਕਾਰ ਨੂੰ ਚਲਾਉਣਾ ਮੀਰ ਮੰਨੂ ਦੇ ਲਈ ਕੋਈ ਫੁੱਲਾਂ ਦੀ ਸੇਜ ਨਹੀਂ ਸੀ ਉਸ ਦੇ ਸਾਹਮਣੇ ਬਹੁਤ ਸਾਰੀਆਂ ਔਕੜਾਂ ਸੀ ਗੱਦੀ ਦੀ ਪ੍ਰਾਪਤੀ ਲਈ ਯਾਹੀਆ ਖਾਨ ਤੇ ਸ਼ਾਹ ਨਵਾਜ਼ ਖਾਨ ਦੇ ਵਿਚਾਲੇ ਜੋ ਸੰਘਰਸ਼ ਚੱਲਿਆ ਉਸ ਕਾਰਨ ਪੰਜਾਬ ਦੇ ਵਿੱਚ ਅਰਾਜਕਤਾ ਤੇ ਬਦਅਮਨੀ ਫੈਲ ਗਈ ਸੀ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਨੇ ਪੰਜਾਬ ਦੀ ਰਾਜਨੀਤਿਕ ਸਥਿਤੀ ਨੂੰ ਵਧੇਰੇ ਖਰਾਬ ਕਰ ਦਿੱਤਾ ਸੀ ਇਸ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਸਿੱਖਾਂ ਨੇ ਵੀ ਆਪਣੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਸੀ ਇਹਨਾਂ ਤੋਂ ਇਲਾਵਾ ਉਸ ਸਮੇਂ ਰਾਜ ਦਾ ਖਜ਼ਾਨਾ ਵੀ ਲਗਭਗ ਖਾਲੀ ਸੀ ਇਹਨਾਂ ਔਕੜਾਂ ਤੇ ਕਾਬੂ ਪਾਉਣ ਲਈ ਰਾਜ ਵਿੱਚ ਸ਼ਾਂਤੀ ਸਥਾਪਿਤ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਉਸਨੇ ਕੌੜਾ ਮਲ ਨੂੰ ਲਾਹੌਰ ਦਾ ਦੀਵਾਨ ਅਤੇ ਅਦੀਨਾ ਬੇਗ ਨੂੰ ਜਲੰਧਰ ਤੋਂ ਆਪ ਦਾ ਫੌਜਦਾਰ ਨਿਯੁਕਤ ਕੀਤਾ ਇਸ ਤੋਂ ਬਾਅਦ ਉਸਨੇ ਸਿੱਖਾਂ ਵਿਰੁੱਧ ਕਾਰਵਾਈ ਆਰੰਭੀ ਮੀਰ ਮੰਨੂ ਨੇ ਆਪਣਾ ਆਪ ਦਾ ਸੰਭਾਲਣ ਤੋਂ ਬਾਅਦ ਪਹਿਲਾਂ ਇਸ ਵੱਲ ਪਹਿਲਾਂ ਆਪਣਾ ਧਿਆਨ ਸਿੱਖਾਂ ਵੱਲ ਦਿੱਤਾ ਉਹਨਾਂ ਨੇ ਸਾਰੇ ਪੰਜਾਬ ਵਿੱਚ ਗੜਬੜੀ ਫੈਲਾਈ ਹੋਈ ਸੀ ਮੀਰ ਮੰਨੂ ਨੇ ਸਿੱਖਾਂ ਨੂੰ ਕੁਚਲਣ ਲਈ ਪੰਜਾਬ ਦੇ ਵੱਖ-ਵੱਖ ਪ੍ਰਦੇਸ਼ਾਂ ਵਿੱਚ ਆਪਣੇ ਸੈਨਿਕ ਦਸਤੇ ਭੇਜੇ ਉਸ ਨੇ ਜਲੰਧਰ ਦੇ ਫੌਜ਼ਰ ਅਦੀਨਾ ਬੇਗ ਨੂੰ ਸਿੱਖਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਅਜਿਹੀ ਹੀ ਆਦੇਸ਼ ਪਹਾੜੀ ਰਾਜਿਆਂ ਨੂੰ ਵੀ ਦਿੱਤੇ ਸਿੱਟੇ ਵੱਜੋਂ ਰੋਜ਼ਾਨਾ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਜਾਣ ਲੱਗਾ ਅਤੇ ਉਹਨਾਂ ਨੂੰ ਲਾਹੌਰ ਵਿਖੇ ਸ਼ਹੀਦ ਕੀਤਾ ਜਾਣ ਲੱਗਿਆ ਜੂਨ 1748 ਈਸਵੀ ਵਿੱਚ ਅਦੀਨਾ ਬੇਗ ਅਤੇ ਸਿੱਖਾਂ ਵਿਚਾਲੇ ਇੱਕ ਲੜਾਈ ਵਿੱਚ 600 ਸਿੱਖ ਸ਼ਹੀਦ ਹੋਏ ਤੇ ਸਿੱਖਾਂ ਨੇ ਆਪਣੀ ਆਤਮ ਰੱਖਿਆ ਲਈ ਪਹਾੜਾਂ ਤੇ ਜੰਗਲਾਂ ਦੇ ਵਿੱਚ ਫਿਰ ਸ਼ਰਨ ਲਈ। ਉਹ ਮੌਕਾ ਮਿਲਣ ਤੇ ਮੁਗਲ ਫੌਜਾਂ ਤੇ ਹਮਲਾ ਕਰ ਦਿੰਦੇ ਤੇ ਲੁੱਟਮਾਰ ਕਰਕੇ ਵਾਪਸ ਚਲੇ ਜਾਂਦੇ। ਰਾਮਰੌਣੀ ਧਕੇਰਾ ਮੀਰ ਮੰਨੂ ਦੇ ਅਤਿਆਚਾਰਾਂ ਦੇ ਬਾਵਜੂਦ ਸਿੱਖ ਅਕਤੂਬਰ 1748 ਈਸਵੀ ਵਿੱਚ ਦਿਵਾਲੀ ਦੇ ਮੌਕੇ ਤੇ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਜਦੋਂ ਮੀਰ ਮੰਨੂ ਨੂੰ ਇਹ ਖਬਰ ਮਿਲੀ ਤਾਂ ਉਸਨੇ ਸਿੱਖਾਂ ਵਿਰੁੱਧ ਕਾਰਵਾਈ ਕਰਨ ਦਾ ਫੈਸਲਾ ਕੀਤਾ ਉਹ ਇੱਕ ਵਿਸ਼ਾਲ ਸੈਨਾ ਦੇ ਨਾਲ ਅੰਮ੍ਰਿਤਸਰ ਵੱਲ ਵਧਿਆ ਉਸਨੇ ਅਦੀਨਾ ਬੇਗ ਨੂੰ ਵੀ ਆਪਣੇ ਸੈਨਿਕਾਂ ਸਮੇਤ ਅੰਮ੍ਰਿਤਸਰ ਪਹੁੰਚਣ ਦਾ ਹੁਕਮ ਦਿੱਤਾ ਇਸ ਦੀ ਸੂਚਨਾ ਮਿਲਦੇ ਸਾਰ ਹੀ 500 ਸਿੱਖਾਂ ਨੇ ਰਾਮਰਾਉਣੀ ਦੇ ਕਿਲੇ ਦੇ ਵਿੱਚ ਸ਼ਰਨ ਲਈ ਤੇ ਬਾਕੀ ਜੰਗਲਵਲ ਚਲੇ ਗਏ। ਮੀਰ ਮੰਨੂ ਨੇ ਰਾਮਰਾਉਣੀ ਦੇ ਕਿਲੇ ਨੂੰ ਘੇਰਾ ਪਾ ਲਿਆ ਤੇ ਇਹ ਘੇਰਾ 4 ਮਹੀਨੇ ਤੱਕ ਜਾਰੀ ਰਿਹਾ। ਇਸ ਸਮੇਂ ਦੇ ਦੌਰਾਨ 200 ਸਿੱਖ ਮੁਗਲਾਂ ਨਾਲ ਹੋਣ ਵਾਲੀਆਂ ਝੜਪਾਂ ਦੇ ਵਿੱਚ ਸ਼ਹੀਦ ਹੋ ਗਏ। ਅਜਿਹੇ ਸਮੇਂ ਸਿੱਖਾਂ ਨੇ ਜੱਸਾ ਸਿੰਘ ਆਰਮਗੜੀਆ ਨੂੰ ਜੋ ਅਦੀਨਾ ਬੇਗਾਂ ਦੀ ਨੌਕਰੀ ਕਰ ਰਿਹਾ ਸੀ ਮਦਦ ਲਈ ਅਪੀਲ ਕੀਤੀ। ਉਹ ਇਸ ਅਪੀਲ ਤੇ ਆਪਣੇ ਸੈਨਿਕਾਂ ਸਮੇਤ ਸਿੱਖਾਂ ਦੀ ਮਦਦ ਲਈ ਪਹੁੰਚਿਆ ਉਸ ਦੇ ਪਹੁੰਚਣ ਤੇ ਕਿਲੇ ਅੰਦਰ ਘਿਰੇ ਹੋਏ ਸਿੱਖਾਂ ਦਾ ਉਤਸ਼ਾਹ ਬਹੁਤ ਵਧ ਗਿਆ ਇਸੇ ਸਮੇਂ ਮੀਰ ਮੰਨੂ ਨੂੰ ਇਹ ਸੂਚਨਾ ਮਿਲੀ ਕਿ ਐਮਦ ਸ਼ਾਹ ਅਬਦਾਲੀ ਪੰਜਾਬ ਤੇ ਹਮਲ ਕ ਹਮਲਾ ਕਰਨ ਵਾਲਾ ਹੈ ਇਸ ਲਈ ਉਹ ਇਸ ਘੇਰੇ ਨੂੰ ਫੌਰਨ ਖਤਮ ਕਰਨਾ ਚਾਹੁੰਦਾ ਸੀ ਦੀਵਾਨ ਕੌੜਾ ਮਲ ਨੇ ਵੀ ਉਸ ਨੂੰ ਰਹਿਆ ਕਰਨ ਦੀ ਸਲਾਹ ਦਿੱਤੀ ਸਿੱਟੇ ਵੱਜੋਂ ਮੀਰ ਮੰਨੂ ਨੇ ਸਿੱਖਾਂ ਨਾਲ ਸਮਝੌਤਾ ਕਰ ਲਿਆ ਤੇ ਘੇਰੇ ਨੂੰ ਚੁੱਕ ਲਿਆ ਸਮਝੌਤੇ ਦੇ ਅਨੁਸਾਰ ਮੀਰ ਮੰਨੂ ਨੇ ਸਿੱਖਾਂ ਨੂੰ ਪੱਟੀ ਵਿਖੇ ਇੱਕ ਜ਼ਗੀਰ ਦਿੱਤੀ ਤਾਂ ਕਿ ਉਹ ਲੁੱਟ ਮਾਰ ਦੀਆਂ ਕਾਰਵਾਈਆਂ ਨੂੰ ਛੱਡ ਕੇ ਸ਼ਾਂਤੀ ਨਾਲ ਰਹਿਣ ਇਸ ਤੋਂ ਬਾਅਦ ਅਬਦਾਲੀ ਨੇ ਦਸੰਬਰ 1748 ਈਸਵੀ ਦੇ ਵਿੱਚ ਦੂਜੀ ਵਾਰੀ ਹਮਲਾ ਕੀਤਾ ਅਹਿਮਦ ਸ਼ਾਹ ਅਬਦਾਲੀ ਆਪਣੀ ਪਹਿਲੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ ਦਿੱਲੀ ਤੋਂ ਕੋਈ ਮਦਦ ਨਾ ਮਿਲਣ ਕਾਰਨ ਮੀਰ ਮੰਨੂ ਦੀ ਹਾਰ ਨਿਸ਼ਚਿਤ ਸੀ ਇਸ ਲਈ ਮੀਰ ਮੰਨੂ ਨੇ ਸਿਆਣਪ ਤੋਂ ਕੰਮ ਲੈਂਦੇ ਆਬਦਾਲੀ ਨਾਲ ਸੰਧੀ ਕਰ ਲਈ ਇਸ ਸੰਧੀ ਅਨੁਸਾਰ ਮੀਰ ਮੰਨੂ ਨੇ ਚਾਰ ਜ਼ਿਲ੍ਹਿਆਂ ਵਿੱਚ ਜ਼ਿਲ੍ਹੇ ਜਿਨ੍ਹਾਂ ਵਿੱਚ ਸਿਆਲਕੋਟ ਗੁਜਰਾਤ ਪਸੂਰ ਪਸਰੂਰ ਅਤੇ ਔਰੰਗਾਬਾਦ ਸ਼ਾਮਲ ਸਨ ਦਾ ਲਗਾਨ ਆਬਦਾਲੀ ਨੂੰ ਦੇਣਾ ਮੰਨ ਲਿਆ ਇਹਨਾਂ ਜ਼ਿਲ੍ਹਿਆਂ ਦਾ ਸਾਲਾਨਾ ਲਗਾਨ 14 ਲੱਖ ਰੁਪਏ ਸੀ ਇਸ ਤੋਂ ਬਾਅਦ ਸਿੱਖਾਂ ਉੱਪਰ ਅਤਿਆਚਾਰ ਦਾ ਦੌਰ ਫਿਰ ਸ਼ੁਰੂ ਹੋਇਆ। ਅਹਿਮਦ ਸ਼ਾਹ ਅਬਦਾਲੀ ਦੇ ਦੂਜੇ ਹਮਲੇ ਨੇ ਸਿੱਖਾਂ ਨੂੰ ਲੁੱਟਮਾਰ ਕਰਨ ਦਾ ਚੰਗਾ ਮੌਕਾ ਪ੍ਰਦਾਨ ਕੀਤਾ। ਮੀਰ ਮੰਨੂ ਦੀ ਲਾਹੌਰ ਵਿੱਚ ਗੈਰ ਹਾਜ਼ਰੀ ਦਾ ਲਾਭ ਉਠਾ ਕੇ ਸਿੱਖਾਂ ਨੇ ਜੱਸਾ ਸਿੰਘ ਆਲੂ ਵਾਲੀਆ ਦੀ ਅਗਵਾਈ ਅਧੀਨ ਲਾਹੌਰ ਦੇ ਵਿੱਚ ਲੁੱਟਮਾਰ ਕੀਤੀ। ਜਦੋਂ ਮੀਰ ਮੰਨੂ ਨੂੰ ਇਹਦਾ ਪਤਾ ਚੱਲਿਆ ਤਾਂ ਉਹ ਗੁੱਸੇ ਨਾਲ ਲਾਲ ਪੀਲਾ ਹੋ ਗਿਆ। ਉਸਨੇ ਸਿੱਖਾਂ ਦਾ ਸਰਬਨਾਸ਼ ਕਰਨ ਦਾ ਪ੍ਰਣ ਲਿਆ। ਉਸਨੇ ਸਿੱਖਾਂ ਨੂੰ ਦਿੱਤੀ ਜਾਣ ਵਾਲੀ ਜ਼ਗੀਰ ਜ਼ਬਤ ਕਰ ਲਈ ਸਿੱਖਾਂ ਨੂੰ ਗ੍ਰਫਤਾਰ ਕਰਵਾਉਣ ਵਾਲਿਆਂ ਤੇ ਮਾਰਨ ਲਈ ਕਈ ਕਿਸਮ ਦੇ ਇਨਾਮਾਂ ਦੀ ਕੋਸ਼ਨਾ ਕੀਤੀ ਇਸ ਤਰ੍ਹਾਂ ਸਿੱਖਾਂ ਦੇ ਉੱਪਰ ਅਤਿਆਚਾਰ ਮੁੜ ਤੋਂ ਸ਼ੁਰੂ ਹੋ ਗਏ ਇਸ ਤੋਂ ਅੱਗੇ ਨਾਸਰ ਖਾਨ ਅਤੇ ਸ਼ਾਹਨਵਾਜ਼ ਖਾਨ ਦੇ ਵਿਦਰੋਹ ਜਦੋਂ ਮੀਰ万 ਨੂੰ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਰੁੱਝਿਆ ਹੋਇਆ ਸੀ ਤਾਂ ਨਾਸਰ ਖਾਨ ਤੇ ਸ਼ਾਹਨਵਾਜ਼ ਖਾਨ ਦੇ ਵਿਦਰੋਹਾਂ ਕਾਰਨ ਉਹ ਸਿੱਖਾਂ ਵੱਲ ਆਪਣਾ ਲੋੜਿੰਗ ਦਾ ਧਿਆਨਾਂ ਦੇ ਸਕਿਆ ਦਿੱਲੀ ਦੇ ਵਜ਼ੀਰ ਸਫਦਰ ਜੰਗ ਦੇ ਇਕਸੌਣ ਤੇ ਚਾਰ ਮੁਹੱਲਾ ਦੇ ਫੌਜ਼ਾਰ ਨਾਸਰ ਖਾਂ ਨੇ ਮੀਰ ਮੰਨੂ ਵਿਰੁੱਧ ਵਿਦਰੋਹ ਕਰ ਦਿੱਤਾ ਉਹ ਸਿਆਲਕੋਟ ਨੇੜੇ ਮੀਰ ਮੰਨੂ ਤੋਂ ਹਾਰ ਕੇ ਦਿੱਲੀ ਨਸ ਗਿਆ ਸਫਦਰ ਗੰਜ ਦੇ ਇਸ਼ਾਰੇ ਤੇ ਮੁਲਤਾਨੇ ਦੇ ਮੁਲਤਾਨ ਦੇ ਸੂਬੇਦਾਰ ਸ਼ਾਹਨਵਾਜ਼ ਖਾਂ ਨੇ ਵੀ ਮੀਰ ਮੰਨੂ ਵਿਰੁੱਧ ਵਿਦਰੋਹ ਕਰ ਦਿੱਤਾ ਸ਼ਾਨਵਾਜ਼ ਖਾਨ ਨੇ ਸਿੱਖਾਂ ਨੂੰ ਲਾਹੌਰ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਅਸ਼ਾਂਤੀ ਫੈਲਾਉਣ ਲਈ ਉਕਸਾਇਆ ਮੀਰ ਮੰਨੂ ਇਹ ਬਰਦਾਸ਼ਤ ਨਹੀਂ ਸੀ ਕਰ ਸਕਦਾ ਉਸ ਨੇ ਕੌੜਾ ਮਲ ਨੂੰ ਸ਼ਾਨਵਾਜ਼ ਖਾਨ ਦੇ ਵਿਦਰੋਹ ਨੂੰ ਕੁਚਲਣ ਲਈ ਭੇਜਿਆ ਇਸ ਲੜਾਈ ਵਿੱਚ ਸ਼ਾਨਵਾਜ਼ ਖਾਨ ਹਾਰ ਗਿਆ ਤੇ ਮਾਰਿਆ ਗਿਆ ਇਸ ਸ਼ਾਨਦਾਰ ਜਿੱਤ ਕਾਰਨ ਮੀਰ ਮੰਨੂ ਨੇ ਕੌੜਾ ਮਲ ਨੂੰ ਮੁਲਤਾਨ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ਅਤੇ ਉਸ ਨੂੰ ਮਹਾਰਾਜਾ ਬਹਾਦਰ ਦੀ ਉਪਾਧੀ ਦੇ ਕੇ ਵੀ ਸਨਮਾਨਿਤ ਕੀਤਾ ਇਸ ਤੋਂ ਬਾਅਦ 1751 ਈਸਵੀ ਦੇ ਵਿੱਚ ਅਬਦਾਲੀ ਨੇ ਤੀਸਰੀ ਵਾਰ ਹਮਲਾ ਕੀਤਾ ਇਸ ਹਮਲੇ ਦਾ ਕਾਰਨ ਸੀ ਕਿ ਮੀਰ ਮੰਨੂ ਨੇ ਅਹਿਮਦ ਸ਼ਾ ਅਬਦਾਲੀ ਨਾਲ ਜੋ ਸਮਝੌਤਾ ਕੀਤਾ ਸੀ ਉਸ ਨੂੰ ਨਿਸ਼ਚਿਤ ਲਗਾਣ ਦੇਣਾ ਮੰਨਿਆ ਸੀ ਉਹ ਭੇਜ ਨਾ ਸਕਿਆ ਇਸ ਲਈ ਅਬਦਾਲੀ ਨੇ 1751 ਦੇ ਅਖੀਰ ਦੇ ਵਿੱਚ ਪੰਜਾਬ ਦੇ ਉੱਪਰ ਤੀਜੀ ਵਾਰੀ ਹਮਲਾ ਕੀਤਾ 6 ਮਾਰਚ 1752 ਈਸਵੀ ਨੂੰ ਅਹਿਮਦ ਸ਼ਾਹ ਅਬਦਾਲੀ ਅਤੇ ਮੀਰ ਮੰਨੂ ਦੀਆਂ ਫੌਜਾਂ ਦੇ ਵਿਚਾਲੇ ਲਾਹੌਰ ਦੇ ਵਿੱਚ ਬੜੀ ਭਿਆਨਕ ਲੜਾਈ ਹੋਈ। ਇਸ ਲੜਾਈ ਦੇ ਵਿੱਚ ਕੌੜਾ ਮੱਲ ਮਾਰਿਆ ਗਿਆ ਅਤੇ ਮੀਰ ਮੰਨੂ ਨੂੰ ਗ੍ਰਫਤਾਰ ਕਰ ਲਿਆ ਗਿਆ। ਇਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਨੇ 1752 ਈਸਵੀ ਵਿੱਚ ਪੰਜਾਬ ਉੱਤੇ ਆਪਣਾ ਕਬਜ਼ਾ ਕਰ ਲਿਆ ਅਤੇ ਉਸ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ। ਅਹਿਮਦ ਸ਼ਾਹ ਅਬਦਾਲੀ ਨੇ ਮੀਰ ਮੰਨੂ ਨੂੰ ਆਪਣੇ ਵੱਲੋਂ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ਅਤੇ ਉਸ ਨੂੰ ਸਿੱਖਾਂ ਵਿਰੁੱਧ ਸਖਤ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਇਸ ਤਰ੍ਹਾਂ ਸਿੱਖਾਂ ਉੱਪਰਮੁੜ ਅਤਿਆਚਾਰ ਦਾ ਦੌਰ ਸ਼ੁਰੂ ਹੋ ਗਿਆ 나ਸੀਰ ਖਾਨ ਅਤੇ ਸ਼ਾਹ ਨਵਾਜ਼ ਖਾਨ ਦੇ ਵਿਦਰੋਹਾਂ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਤੀਸਰੇ ਹਮਲੇ ਕਾਰਨ ਸਿੱਖਾਂ ਨੂੰ ਆਪਣੀ ਸ਼ਕਤੀ ਵਧਾਉਣ ਦਾ ਮੌਕਾ ਮਿਲ ਗਿਆ ਉਹਨਾਂ ਨੇ ਰਚਨਾ ਦੁਆਬਾ ਅਤੇ ਜਲੰਧਰ ਦੁਆਬ ਦੇ ਖੇਤਰਾਂ ਦੇ ਵਿੱਚ ਲੁੱਟਮਾਰ ਕੀਤੀ ਆਪਣੀਆਂ ਔਕੜਾਂ ਤੇ ਕਾਬੂ ਪਾਉਣ ਤੋਂ ਬਾਅਦ ਮੀਰ ਮੰਨੂ ਨੇ ਸਿੱਖਾਂ ਦਾ ਮਲਿਆ ਮੇਟ ਕਰਨ ਲਈ ਜ਼ੋਰਦਾਰ ਯਤਨ ਸ਼ੁਰੂ ਕੀਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਨਿਯਤ ਕੀਤੇ ਸਿੱਖਾਂ ਨੂੰ ਸ਼ਰਨ ਦੇਣ ਵਾਲਿਆਂ ਨੂੰ ਸਜ਼ਾਵਾ ਦਿੱਤੀਆਂ ਲੱਖੀ ਜੰਗਲ ਤੋਂ ਸਿੱਖਾਂ ਨੂੰ ਬਾਹਰ ਕੱਢਣ ਲਈ ਮੁਹਿੰਮਾਂ ਭੇਜੀਆਂ ਮਾਰਚ 1753 ਈਸਵੀ ਵਿੱਚ ਜਦੋਂ ਸਿੱਖ ਹੋਲੇ ਮਹੱਲੇ ਦੇ ਮੌਕੇ ਤੇ ਨੰਦਪੁਰ ਸਾਹਿਬ ਵਿਖੇ ਇਕੱਠੇ ਹੋਏ ਤਾਂ ਦੀਨਾ ਬੇਗ ਨੇ ਅਚਾਨਕ ਹਮਲਾ ਕਰਕੇ ਬਹੁਤ ਸਾਰੇ ਸਿੱਖਾਂ ਨੂੰ ਕਤਲ ਕਰ ਦਿੱਤਾ ਮੀਰ ਮੰਨੂ ਆਪਣੇ ਸੈਨਿਕਾਂ ਸਮੇਤ ਬਟਾਲੇ ਪਹੁੰਚਿਆ ਉੱਥੇ 9 900 ਸਿੱਖਾਂ ਨੂੰ ਅੰਮ੍ਰਿਤਸਰ ਵਿਖੇ ਕਤਲ ਕਰ ਦਿੱਤਾ ਗਿਆ ਇਹਨਾਂ ਤੋਂ ਇਲਾਵਾ ਮੀਰ ਮੰਨੂ ਨੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਗਸ਼ਤੀ ਸੈਨਿਕ ਭੇਜੇ ਸਿੱਖਾਂ ਦੇ ਹੱਥ ਨਾ ਹੋਣ ਕਾਰਨ ਇਹਨਾਂ ਸੈਨਿਕਾਂ ਨੇ ਬਹੁਤ ਸਾਰੀਆਂ ਸਿੱਖ ਏਸਤਰੀਆਂ ਤੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਇਹਨਾਂ ਏਸਤਰੀਆਂ ਤੇ ਬੱਚਿਆਂ ਉੱਤੇ ਜੋ ਜ਼ੁਲਮ ਅਤੇ ਜ਼ਬਰਟਾ ਹੋਏਗੇ ਉਹਨਾਂ ਦਾ ਸ਼ਬਦਾਂ ਵਿੱਚ ਵਰਣਨ ਕਰਨਾ ਔਖਾ ਹੈ ਹਰੇਕ ਏਸਤਰੀ ਨੂੰ ਸਵੇਰ-ਸਵੇਰ ਮੰਨ ਰੋਜ਼ਾਨਾ ਅਨਾਜ ਪੀਸਣ ਨੂੰ ਦਿੱਤਾ ਜਾਂਦਾ ਜੋ ਇਸਤਰੀ ਆਪਣਾ ਕੰਮ ਪੂਰਾ ਨਾ ਕਰ ਪਾਉਂਦੀ ਉਸ ਨੂੰ ਕੋੜੇ ਮਾਰੇ ਜਾਂਦੇ ਦੁੱਧ ਚੁੰਗਦੇ ਬੱਚਿਆਂ ਨੂੰ ਉਹਨਾਂ ਦੀ ਮਾਂ ਮਾਂ ਤੋਂ ਜ਼ਬਰਦਸਤੀ ਖੋ ਕੇ ਉਹਨਾਂ ਦੇ ਸਾਹਮਣੇ ਕਤਲ ਕੀਤਾ ਜਾਂਦਾ ਉਹਨਾਂ ਦੇ ਮਾਸ ਦੇ ਟੁਕੜੇ ਮਾਂਮਾਂ ਦੀਆਂ ਝੋਲੀਆਂ ਵਿੱਚ ਪਾਏ ਜਾਂਦੇ ਜਿਸ ਸਿੱਦਕ ਅਤੇ ਬਹਾਦਰੀ ਨਾਲ ਇਹਨਾਂ ਇਸਤਰੀਆਂ ਨੇ ਜ਼ੁਲਮ ਸਹੇ ਉਸ ਦੇ ਇਤਿਹਾਸ ਵਿੱਚ ਹੋਰ ਮਿਸਾਲ ਮਿਲਣੀ ਮੁਸ਼ਕਲ ਹੈ ਮੀਰ ਮੰਨੂ ਦੇ ਨਾਂ ਘੋਰ ਤਸਹੀਹਾਂ ਦੇ ਬਾਵਜੂਦ ਸਿੱਖਾਂ ਦੀ ਗਿਣਤੀ ਘਟਣ ਦੀ ਬਜਾਏ ਵੱਧ ਗਈ। ਮੀਰ ਮੰਨੂ ਦੀ ਮੌਤ ਮੀਰ ਮੰਨੂ ਦੀਆਂ ਸਿੱਖਾਂ ਵਿਰੁੱਧ ਕਾਰਵਾਈਆਂ ਆਪਣੇ ਸਿਖਰ ਤੇ ਪਹੁੰਚ ਗਈਆਂ ਸੀ। 3 ਨਵੰਬਰ 1753 ਈਸਵੀ ਨੂੰ ਜਦੋਂ ਉਸ ਨੂੰ ਇਹ ਸੂਚਨਾ ਮਿਲੀ ਕਿ ਕੁਝ ਸਿੱਖ ਤਿਲਕਪੁਰ ਵਿਖੇ ਇੱਕ ਗੰਨੇ ਦੇ ਖੇਤ ਵਿੱਚ ਲੁਕੇ ਹੋਏ ਹਨ ਤਾਂ ਉਹ ਫੌਰਨ ਉਹਨਾਂ ਦਾ ਸ਼ਿਕਾਰ ਕਰਨ ਲਈ ਘੋੜੇ ਤੇ ਸਵਾਰ ਹੋ ਗਿਆ। ਸਿੱਖਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਕਰਨ ਉਸ ਦਾ ਘੋੜਾ ਘਬਰਾ ਗਿਆ। ਅਤੇ ਉਸਨੇ ਮੀਰ ਮੰਨੂ ਨੂੰ ਸੁੱਟ ਦਿੱਤਾ ਪਰ ਉਸ ਦਾ ਪੈਰ ਘੋੜੇ ਦੀ ਰਿਕਾਬ ਦੇ ਵਿੱਚ ਫਸ ਗਿਆ ਘੋੜਾ ਉਸੇ ਤਰ੍ਹਾਂ ਮੀਰ ਮੰਨੂ ਨੂੰ ਕਸੀਟਦਾ ਹੋਇਆ ਲੈ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਇਸ ਤਰ੍ਹਾਂ ਕੁਦਰਤ ਨੇ ਮੀਰ ਮੰਨੂ ਨੂੰ ਉਸ ਦੇ ਜ਼ੁਲਮਾਂ ਦੀ ਸਜ਼ਾ ਦਿੱਤੀ ਮੀਰ ਮੰਨੂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਬਹੁਤ ਸਾਰੇ ਸਿੱਖਾਂ ਨੇ ਲਾਹੌਰ ਵਿੱਚ ਦਾਖਲ ਹੋ ਕੇ ਆਪਣੀਆਂ ਇਸਤਰੀਆਂ ਤੇ ਬੱਚਿਆਂ ਨੂੰ ਰਹਿਆ ਕਰਵਾਇਆ ਇਸ ਤੋਂ ਇਲਾਵਾ ਉਹਨਾਂ ਨੇ ਬਹੁਤ ਸਾਰੇ ਅਤਿਆਚਾਰੀ ਮੁਸਲਮਾਨਾਂ ਅਤੇ ਸਰਕਾਰੀ ਮੁਖਬਰਾਂ ਨੂੰ ਮੌਤ ਦੇ ਘਾਟ ਉਤਾਰਿਆ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮੀਰ ਮੰਨੂ ਆਪਣੇ ਅਣਥੱਕ ਯਤਨਾਂ ਦੇ ਬਾਵਜੂਦ ਵੀ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ ਹੁਣ ਅਸੀਂ ਕਰਾਂਗੇ ਕਿ ਸਿੱਖਾਂ ਨੂੰ ਕੁਚਲਣ ਵਿੱਚ ਮੀਰ ਮੰਨੂ ਅਸਫਲ ਕਿਉਂ ਰਿਹਾ ਮੀਰ ਮੰਨੂ ਨੇ ਸਿੱਖਾਂ ਦਾ ਨਾਸ਼ ਕਰਨ ਲਈ ਆਪਣੀ ਪੂਰੀ ਬਾਹ ਲਾਈ ਉਸ ਨੂੰ ਸਫਲਤਾ ਨਾ ਮਿਲੀ ਸਿੱਖਾਂ ਨੇ ਉਸ ਦੀਆਂ ਸਾਰੀਆਂ ਵਧੀਆਂ ਕਿਆਂ ਸਾਰੇ ਅਤਿਆਚਾਰ ਸਹਾਰ ਲਏ ਉਸ ਦੀ ਅਤਿਆਚਾਰਾਂ ਨਾਲ ਸਿੱਖਾਂ ਦੀ ਗਿਣਤੀ ਘਟਾਉਣ ਦੀ ਬਜਾਏ ਵੱਧਦੀ ਗਈ ਮੀਰ ਮੰਨੂ ਸਿੱਖਾਂ ਨੂੰ ਕੁਚਲਣ ਚ ਪੂਰੀ ਤਰ੍ਹਾਂ ਅਸਫਲ ਰਿਹਾ ਉਹਦੇ ਲਈ ਕੁਝ ਕਾਰਨ ਜ਼ਿੰਮੇਵਾਰ ਸੀ ਜਿਨ੍ਹਾਂ ਦੀ ਅਸੀਂ ਵਿਚਾਰ ਕਰਾਂਗੇ ਸਭ ਤੋਂ ਪਹਿਲਾਂ ਦਲ ਖਾਲਸਾ ਦੀ ਜਥੇਬੰਦੀ ਮੀਰ ਮੰਨੂ ਦੇ ਅਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਸਿੱਖਾਂ ਨੇ ਆਪਣੀ ਸ਼ਕਤੀ ਨੂੰ ਚੰਗੀ ਤਰ੍ਹਾਂ ਸੰਗਠਿਤ ਕਰ ਲਿਆ ਸੀ ਦਲ ਖਾਲਸਾ ਭਾਵੇਂ ਪਹਿਲਾਂ ਵੀ ਸੀ ਮੀਰ ਮੰਨੂ ਦੇ ਮੁਕਾਬਲੇ ਸਿੱਖਾਂ ਨੇ ਦਲ ਖਾਲਸਾ ਨੂੰ ਨਵੇਂ ਸਿਰੇ ਤੋਂ ਸੰਗਠਿਤ ਕੀਤਾ ਉਹਨਾਂ ਨੇ ਵੱਖ-ਵੱਖ ਪੈਂਟ ਜਥਿਆਂ ਨੂੰ ਕੇਵਲ 11 ਜਥਿਆਂ ਵਿੱਚ ਕਰ ਲਿਆ ਹਰ ਜਥੇ ਦਾ ਇੱਕ ਜਥੇਦਾਰ ਬਣਾ ਦਿੱਤਾ ਗਿਆ ਸਾਰਿਆਂ ਜਥਿਆਂ ਦਾ ਮੁਖੀ ਉਸ ਦਿਨ ਤੋਂ ਨਵਾਬ ਕਪੂਰ ਸਿੰਘ ਨੇ ਜਿਸਾ ਸੰਗ ਆਲੂ ਵਾਲਿਆਂ ਨੂੰ ਬਣਾ ਦਿੱਤਾ ਲੋੜ ਪੈਣ ਤੇ ਸਾਰੇ ਜਥੇ ਇਕੱਠੇ ਹੋ ਕੇ ਦਲ ਖਾਲਸਾ ਦੇ ਰੂਪ ਦੇ ਵਿੱਚ ਵੈਰੀ ਉੱਪਰ ਟੁੱਟ ਪੈਂਦੇ ਸੀ ਦਲ ਖਾਲਸਾ ਦਾ ਆਪਣਾ ਵਿਧਾਨ ਸੀ ਤੇ ਕੰਮ ਕਰਨ ਦਾ ਆਪਣਾ ਢੰਗ ਵੀ ਸੀ ਸਿੱਖ ਇਸ ਜਥੇਬੰਦੀ ਦਾ ਦਿਲੋਂ ਸਤਕਾਰ ਕਰਦੇ ਸੀ ਇਸ ਲਈ ਕੁਰਬਾਨੀ ਲਈ ਤਿਆਰ ਰਹਿੰਦੇ ਸੀ ਇਸ ਜਥੇਬੰਦੀ ਨੇ ਮੀਰ ਮੰਨੂ ਦੀ ਇੱਕ ਨਾ ਚੱਲਣ ਦਿੱਤੀ ਅੱਗੇ ਆ ਸਾਂਝੇ ਖਤਰੇ ਤੇ ਸ਼ਕਤੀਸ਼ਾਲੀ ਧਾਰਮਿਕ ਜਜ਼ਬਾ ਸਿੱਖਾਂ ਲਈਏ ਸਾਰੇ ਖਤਰੇ ਸਾਂਝੇ ਸਨ ਕਿਸੇ ਲਈ ਇਕ ਲਈ ਕੋਈ ਖਤਰਾ ਨਹੀਂ ਸੀ ਹਰ ਖਤਰਾ ਹਰ ਸਿੱਖ ਦਾ ਆਪਣਾ ਹੁੰਦਾ ਸੀ ਇਸ ਲਈ ਸਿੱਖਾਂ ਦੇ ਸਾਂਝੇ ਖਤਰੇ ਤੇ ਉਹਨਾਂ ਵਿੱਚ ਬਲਵਾਨ ਧਾਰਮਿਕ ਜਜ਼ਬੇ ਨੇ ਉਹਨਾਂ ਨੂੰ ਅਨੁਸ਼ਾਸਨ ਵਿੱਚ ਰੱਖਿਆ ਹਰ ਸਿੱਖ ਪੰਥ ਦੀ ਭਲਾਈ ਲਈ ਅਤੇ ਆਪਣੇ ਜਥੇਦਾਰ ਦੇ ਹੁਕਮ ਦੀ ਪਾਲਣਾ ਲਈ ਆਪਣਾ ਪਹਿਲਾ ਫਰਜ਼ ਸਮਝਿਆ ਸੀ ਇਸ ਜਜ਼ਬੇ ਨੇ ਖਾਲਸਾ ਦਲ ਵਿੱਚ ਇਕਤਾ ਸੰਗਠਨ ਅਤੇ ਇਸ ਦੇ ਮੈਂਬਰਾਂ ਵਿੱਚ ਭਰਾਤਰੀ ਭਾਵ ਪੈਦਾ ਕਰ ਦਿੱਤਾ ਜਿਸ ਨਾਲ ਸਾਰੇ ਸਿੱਖ ਇੱਕ ਭਾਵੁਕ ਇਕਤਾ ਦੀ ਲੜੀ ਦੇ ਵਿੱਚ ਪਰੋਏਗੇ ਇਸ ਤਰ੍ਹਾਂ ਮੀਰ ਮੰਨੂ ਉਹਨਾਂ ਦਾ ਕੁਝ ਵਿਗਾੜ ਨਾ ਸਕਿਆ ਇਸ ਤੋਂ ਅੱਗੇ ਬਟਕ ਕਿਸਾਨਾਂ ਦਾ ਸਿੱਖ ਧਰਮ ਵਿੱਚ ਪਰਵੇਸ਼ ਸਿੱਖਾਂ ਦੀ ਬਹਾਦਰੀ ਉਹਨਾਂ ਦਾ ਸਾਹਸ ਦ੍ਰਿੜਤਾ ਉੱਚਾ ਸੁੱਚਾ ਆਦਰਸ਼ ਮੁਗਲਾਂ ਦੇ ਅਤਿਆਚਾਰਾਂ ਵਿਰੁੱਧ ਲੜਾਈ ਆਦਿ ਦੀਆਂ ਗੱਲਾਂ ਸੁਣ ਕੇ ਪੰਜਾਬ ਦੇ ਕਿਸਾਨਾਂ ਦੇ ਦਿਲਾਂ ਵਿੱਚ ਸਿੱਖਾਂ ਦਾ ਆਦਰ ਬਹੁਤ ਵਧ ਗਿਆ ਸੀ ਵੈਸੇ ਵੀ ਜਿਹੜੇ ਮੁਗਲ ਸੀ ਮੁਗਲ ਸੈਨਿਕ ਸੀ ਉਹ ਕਿਸਾਨਾਂ ਪਾਸੋਂ ਬਹੁਤ ਬੁਰੇ ਢੰਗ ਨਾਲ ਮਾਮਲਾ ਇਕੱਠਾ ਕਰਦੇ ਸੀ ਇਸ ਲਈ Hindu ਕਿਸਾਨ ਵੀ ਵਿਦੇਰੇ ਗਿਣਤੀ ਵਿੱਚ ਸਿੱਖ ਧਰਮ ਵਿੱਚ ਸ਼ਾਮਿਲ ਹੋਣ ਲੱਗੇ ਸਿੱਖ ਬਣਨ ਨਾਲ ਇੱਕ ਤਾਂ ਉਹਨਾਂ ਨੂੰ ਸਰਕਾਰੀ ਮਾਮਲਾ ਨਹੀਂ ਸੀ ਦੇਣਾ ਪੈਂਦਾ ਸਗੋਂ ਸਿੱਖ ਜੋ ਸਰਕਾਰੀ ਖਜ਼ਾਨਿਆਂ ਦੀ ਲੁੱਟ ਕਰਦੇ ਸੀ ਉਸ ਵਿੱਚੋਂ ਵੀ ਉਹਨਾਂ ਨੂੰ ਹਿੱਸਾ ਮਿਲਦਾ ਸੀ ਇਸ ਕਰਕੇ ਸਿੱਖਾਂ ਨੂੰ ਕਿਸਾਨਾਂ ਦਾ ਸਹਿਯੋਗ ਵੀ ਮਿਲਣ ਲੱਗਿਆ ਸਿੱਖਾਂ ਦੀ ਗੁਰੀਲਾ ਜੁਧ ਨੀਤੀ ਸਿੱਖਾਂ ਦੀ ਗੁਰੀਲਾ ਜੁਧ ਨੀਤੀ ਨੇ ਵੀ ਮੀਰ ਮੰਨੂ ਦੇ ਯਤਨਾਂ ਨੂੰ ਅਸਫਲ ਬਣਾਉਣ ਵਿੱਚ ਕਾਫੀ ਮਹੱਤਵਪੂਰਨ ਯੋਗਦਾਨ ਦਿੱਤਾ ਸਿੱਖਾਂ ਨੇ ਕਦੇ ਵੀ ਅਮੀਰ ਮੰਨੂ ਨਾਲ ਆਮੋ-ਸਾਮਣੇ ਲੜਾਈ ਨਹੀਂ ਕੀਤੀ ਸਿੱਖਾਂ ਨੇ ਆਪਣੇ ਸੀਮਤ ਸਾਧਨਾਂ ਨੂੰ ਮੁੱਖ ਰੱਖ ਕੇ ਗੁਰੀਲਾ ਯੁੱਧ ਨੀਤੀ ਨੂੰ ਅਪਣਾਇਆ ਜਿਸ ਸਮੇਂ ਵੀ ਉਹਨਾਂ ਨੂੰ ਪਿੱਛੇ ਉਹਨਾਂ ਦੇ ਪਿੱਛੇ ਮੁਗਲ ਸੈਨਾ ਭੇਜੀ ਜਾਂਦੀ ਉਹ ਦੌੜ ਕੇ ਜੰਗਲਾਂ ਦੇ ਪਹਾੜਾਂ ਦੇ ਵਿੱਚ ਸ਼ਰਨ ਲੈ ਲੈਂਦੇ ਫਿਰ ਮੌਕਾ ਮਿਲਦੇ ਹੀ ਸ਼ਾਹੀ ਸੈਨਾ ਦੇ ਉੱਪਰ ਟੁੱਟ ਪੈਂਦੇ ਸਿੱਖ ਲੁੱਟਮਾਰ ਕਰਦੇ ਤੇ ਫਿਰ ਜੰਗਲ ਦੇ ਵਿੱਚ ਚਲੇ ਜਾਂਦੇ ਇਸ ਤਰ੍ਹਾਂ ਸ਼ਾਹੀ ਸੈਨਾ ਸਿੱਖਾਂ ਨੂੰ ਬਹੁਤਾ ਨੁਕਸਾਨ ਨਾ ਪਹੁੰਚਾ ਸਕਦੀ ਦੀਵਾਨ ਕੌੜਾ ਮੱਲ ਵੱਲੋਂ ਸਿੱਖਾਂ ਦਾ ਸਹਿਯੋਗ ਨਾ ਦਿਵਾਨ ਕੌੜਾ ਮੱਲ ਮੀਰ ਮੰਨੂ ਦਾ ਸਲਾਹਕਾਰ ਸੀ ਉਹ ਇੱਕ ਸਹਿਜ ਧਾਰੀ ਸਿੱਖ ਸੀ ਇਸ ਲਈ ਉਹ ਸਿੱਖਾਂ ਨਾਲ ਹਮਦਰਦੀ ਰੱਖਦਾ ਸੀ ਦੂਜੇ ਪਾਸੇ ਮੀਰ ਮੰਨੂ ਵੀ ਉਸ ਤੇ ਡੂੰਘਾ ਵਿਸ਼ਵਾਸ ਕਰਦਾ ਸੀ ਉਸ ਦੀ ਸਲਾਹ ਤੋਂ ਬਿਨਾ ਸਿੱਖਾਂ ਵਿਰੁੱਧ ਕੋਈ ਕਾਰਵਾਈ ਨਹੀਂ ਸੀ ਕਰਦਾ ਜਦੋਂ ਵੀ ਕਦੇ ਮੀਰ ਮੰਨੂ ਨੇ ਸਿੱਖਾਂ ਵਿਰੁੱਧ ਕੋਈ ਸਖਤ ਕਦਮ ਚੁੱਕਣ ਦਾ ਨਿਰਣਾ ਕੀਤਾ ਤਾਂ ਕੋੜਾ ਮਲਨੀ ਉਸ ਨੂੰ ਸਿੱਖਾਂ ਪ੍ਰਤੀ ਨਰਮ ਰਵੱਈਆ ਅਪਣਾਉਣ ਲਈ ਮਨਾ ਲਿਆ ਕੋੜਾ ਮਲਦੇਸ ਬਹੁ ਮੁੱਲੇ ਸਹਿਯੋਗ صدਕਾ ਸਿੱਖ ਉਸ ਨੂੰ ਮਿੱਠਾ ਮਲ ਕਹਿ ਕੇ ਬੁਲਾਉਂਦੇ ਸੀ ਉਸ ਦਾ ਇਹ ਸਹਿਯੋਗ ਸਿੱਖ ਸ਼ਕਤੀ ਦੇ ਉਭਾਰ ਲਈ ਲਾਹੇਵੰਦ ਸਿੱਧ ਹੋਇਆ ਅੱਗੇ ਅਦੀਨਾ ਬੇਗ ਦੀ ਦੋ ਰੰਗੀ ਨੀਤੀ ਮੀਰ ਮੰਨੂ ਇਸ ਲਈ ਵੀ ਸਿੱਖਾਂ ਨੂੰ ਕੁਚਲਣ ਦੇ ਵਿੱਚ ਸਫਲ ਰਿਹਾ ਕਿ ਅਦੀਨਾ ਬੇਗ ਨੇ ਮੀਰ ਮੰਨੂ ਦੀ ਹੁਕਮਾਂ ਨੂੰ ਸਹੀ ਰੂਪ ਦੇ ਵਿੱਚ ਲਾਗੂ ਨਹੀਂ ਕੀਤਾ ਅਸਲ ਵਿੱਚ ਅਦੀਨਾ ਬੇਗ ਜਲੰਧਰ ਦੋਆਬ ਦਾ ਫੌਜਦਾਰ ਸੀ ਉਹ ਆਪ ਪੰਜਾਬ ਦਾ ਗਵਰਨਰ ਬਣਨ ਦੇ ਸੁਪਨੇ ਦੇਖ ਰਿਹਾ ਸੀ ਸੋ ਇਸ ਲਈ ਸਿੱਖਾਂ ਦੁਆਰਾ ਫੈਲਾਈ ਗਈ ਅਸ਼ਾਂਤੀ ਦੇ ਹਾਲਾਤ ਬਣੀ ਰਹਿਣੀ ਹੀ ਲਾਭਦਾਇਕ ਸੀ ਮੀਰ ਮੰਨੂ ਨੇ ਅਦੀਨਾ ਬੇਗ ਨੂੰ ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਕਈ ਵਾਰ ਹੁਕਮ ਦਿੱਤੇ ਪਰ ਉਹ ਇੱਕ ਅਦਮੀ ਮੁਹੰਮਤੇ ਜਾ ਕੇ ਫਿਰ ਟਿੱਲਾ ਪੈ ਜਾਂਦਾ ਉਸਨੇ ਸਿੱਖਾਂ ਨਾਲ ਸਮਝੌਤਾ ਕੀਤਾ ਹੋਇਆ ਸੀ ਤੇ ਉਹ ਸਿੱਖਾਂ ਨੂੰ ਆਪਣੇ ਲਾਭ ਲਈ ਵਰਤਣਾ ਚਾਹੁੰਦਾ ਸੀ ਮੈਲਕਮ ਦੇ ਸ਼ਬਦਾਂ ਦੇ ਵਿੱਚ ਕੋਟਲ ਨੀਤੀਵਾਨ ਅਦੀਨਾ ਬੇਗ ਸਿੱਖਾਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਸੀਲਾ ਸਮਝਦਾ ਸੀ ਉਹ ਇਸ ਗੱਲ ਦਾ ਖਿਆਲ ਰੱਖਦਾ ਸੀ ਕਿ ਸਿੱਖਾਂ ਨੂੰ ਬਿਲਕੁਲ ਖਤਮ ਨਾ ਕੀਤਾ ਜਾਵੇ ਇਸ ਲਈ ਉਸਨੇ ਉਹਨਾਂ ਨੂੰ ਇੱਕ ਵਾਰ ਤਸੀਹੇ ਦੇਣ ਪਿੱਛੋਂ ਸਮਝੌਤਾ ਕਰ ਲਿਆ ਸੀ ਮੀਰ ਮੰਨੂ ਦੀਆਂ ਸਮੱਸਿਆਵਾਂ ਇਹਨਾਂ ਤੋਂ ਬਿਨਾ ਮੀਰ ਮੰਨੂ ਦੀ ਸਫਲਤਾ ਵਿੱਚ ਉਸ ਦੀਆਂ ਕਈ ਸਮੱਸਿਆਵਾਂ ਤੇ ਔਕੜਾਂ ਸੀ ਜਿਨ੍ਹਾਂ ਕਾਰਨ ਉਹ ਸਿੱਖਾਂ ਨੂੰ ਕੁਚਲ ਨਾ ਸਕਿਆ ਉਸ ਨੂੰ ਇਕੱਲਿਆਂ ਹੀ ਦੋ ਵਾਰੀ ਅਹਿਮਦ ਸ਼ਾਹ ਅਬਦਾਲੀ ਨਾਲ ਟੱਕਰ ਲੈਣੀ ਪਈ ਦਿੱਲੀ ਵੱਲੋਂ ਉਸ ਨੂੰ ਕੋਈ ਸਹਾਇਤਾ ਨਾ ਮਿਲੀ ਇਸ ਤੋਂ ਬਿਨਾ ਦਿੱਲੀ ਦਾ ਵਜ਼ੀਰ ਸਫਦਰ ਜੰਗ ਸਦਾ ਹੀ ਉਸ ਦਾ ਵਿਰੋਧੀ ਰਿਹਾ ਉਹ ਹਰ ਤਰ੍ਹਾਂ ਨਾਲ ਮੀਰ ਮੰਨੂ ਨੂੰ ਅਸਫਲ ਕਰਾਉਣ ਉੱਤੇ ਤਿਆਰ ਹੋਇਆ ਸੀ ਮੀਰ ਮੰਨੂ ਨੂੰ ਸਦਾ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਦਾ ਡਰ ਬਣਿਆ ਰਹਿੰਦਾ ਸੀ ਜਦੋਂ ਉਸ ਨੂੰ ਅਬਦਾਲੀ ਦੇ ਹਮਲੇ ਦੀ ਸੂਚਨਾ ਮਿਲ ਜਾਂਦੀ ਤਾਂ ਸਿੱਖਾਂ ਵਿਰੁੱਧ ਕਾਰਵਾਈ ਅੱਗੇ ਪਾ ਦਿੰਦਾ ਕਈ ਵਾਰੀ ਉਸ ਨੂੰ ਅਬਦਾਲੀ ਵਿਰੁੱਧ ਸਿੱਖਾਂ ਦੀ ਸਹਾਇਤਾ ਲੈਣੀ ਪਈ ਇਸ ਲਈ ਉਹ ਸਿੱਖਾਂ ਨੂੰ ਕੁਚਲਣ ਦੇ ਵਿੱਚ ਅਸਫਲ ਰਿਹਾ ਇਸ ਤੋਂ ਬਿਨਾਂ ਸਿੱਖਾਂ ਦੇ ਅਸਾਧਾਰਨ ਗੁਣ ਸਿੱਖਾਂ ਦੇ ਵਿੱਚ ਕਈ ਇਸ ਤਰ੍ਹਾਂ ਦੇ ਗੁਣ ਸੀ ਜਿਸ ਕਾਰਨ ਉਹਨਾਂ ਨੂੰ ਕੋਈ ਵੀ ਕਦੇ ਦਬਾ ਨਹੀਂ ਸਕਿਆ ਚਾਹੇ ਕਿੰਨੇ ਵੀ ਜ਼ੁਲਮ ਕਰ ਲੈਂਦਾ ਮੀਰ ਮੰਨੂ ਦੀ ਅਸਫਲਤਾ ਦੇ ਪਿੱਛੇ ਸਿੱਖਾਂ ਦੇ ਗੁਣ ਸੀ ਉਹਨਾਂ ਵਿੱਚ ਆਪਣੇ ਪੰਥ ਲਈ ਧ੍ਰੜ ਨਿਸ਼ਚਾ ਅਥਾ ਜੋਸ਼ ਦਲੇਰੀ ਅਤੇ ਕੁਰਬਾਨੀ ਦੀਆਂ ਭਾਵਨਾਵਾਂ ਪਾਈਆਂ ਜਾਂਦੀਆਂ ਸੀ ਉਹ ਭਾਰੀ ਔਕੜਾਂ ਦੇ ਬਾਵਜੂਦ ਆਪਣਾ ਹੌਸਲਾ ਨਹੀਂ ਸੀ ਛੱਡਦੇ ਮੀਰ ਮੰਨੂ ਨੇ ਸਿੱਖਾਂ ਉਹਨਾਂ ਦੀਆਂ ਇਸਤਰੀਆਂ ਤੇ ਬੱਚਿਆਂ ਨੂੰ ਆਣ-ਗਿਣਤ ਤਸਹੀਹ ਦਿੱਤੇ ਪਰ ਉਹ ਚਟਾਨ ਵਾਂਗ ਅਡੋਲ ਰਹੇ ਅਜਹੀ ਕੌਮ ਨੂੰ ਕੁਝ ਲੈਣਾ ਕੋਈ ਆਸਾਨ ਕੰਮ ਨਹੀਂ ਸੀ ਦਿੱਲੀ ਦਾ ਪ੍ਰਧਾਨ ਮੰਤਰੀ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਸਮੇਂ ਮੀਰ ਮੰਨੂ ਨੂੰ ਦਿੱਲੀ ਤੋਂ ਕੋਈ ਸਹਾਇਤਾ ਨਾ ਮਿਲੀ ਕਿਉਂਕਿ ਦਿੱਲੀ ਵਿਖੇ ਪ੍ਰਧਾਨ ਮੰਤਰੀ ਸਫਦਰ ਗੰਜ ਮੀਰ ਮੰਨੂ ਦਾ ਵਿਰੋਧੀ ਸੀ ਇਥੇ ਹੀ ਬਸ ਨਹੀਂ ਕਿ ਉਸਨੇ ਮੀਰ ਮੰਨੂ ਨੂੰ ਨੁਕਸਾਨ ਪਹੁੰਚਾਉਣ ਲਈ ਪੰਜਾਬ ਵਿੱਚ ਸ਼ਾਹਨਵਾਜ਼ ਖਾਂ ਤੇ ਨਾਸਰ ਖਾਂ ਨੂੰ ਵਿਦਰੋਹ ਕਰਨ ਲਈ ਉਕਸਾਇਆ ਸੀ ਇਸ ਨਾਲ ਮੀਰ ਮੰਨੂ ਨੂੰ ਜਿਹੜੀਆਂ ਬਹੁਤ ਔਕੜਾਂ ਮੀਰ ਮੰਨੂ ਦੇ ਲਈ ਪੈਦਾ ਹੋ ਗਈਆਂ ਸੀ ਮੀਰ ਮੰਨੂ ਦੇ ਅਤਿਆਚਾਰ ਮੀਰ ਮੰਨੂ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਨਿਰਦੋਸ਼ ਲੋਕਾਂ ਤੇ ਭਾਰੀ ਅਤਿਆਚਾਰ ਕੀਤੇ ਉਸਨੇ ਆਪਣੀ ਵਿਸ਼ਾਲ ਫੌਜ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਲੋਕਾਂ ਤੋਂ ਜ਼ਬਰਦਸਤੀ ਭਾਰੀ ਕਰ ਇਕੱਠੇ ਕੀਤੇ ਇਸ ਕਾਰਨ ਜ਼ਿਮੀਦਾਰਾਂ ਅਤੇ ਕਿਸਾਨਾਂ ਦੀ ਦਸ਼ਾ ਹੋਰ ਖਰਾਬ ਹੋ ਗਈ ਸਿੱਟੇ ਵਜੋਂ ਉਹ ਸਾਰੇ ਲੋਕ ਜਿਨ੍ਹਾਂ ਨਾਲ ਸਰਕਾਰ ਨੇ ਵਧੀਆਂ ਕੀਤੀਆਂ ਸੀ ਸਿੱਖਾਂ ਨਾਲ ਮਿਲ ਗਏ ਇਸ ਕਰਕੇ ਮੀਰ ਮੰਨੂ ਦੇ ਸਿੱਖਾਂ ਦੇ ਕਤਲੇਆਮ ਦੇ ਬਾਵਜੂਦ ਸਿੱਖਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਗਈ ਅੰਤ ਵਿੱਚ ਅਸੀਂ ਡਾਕਟਰ ਹਰੀਰਾਮ ਗੁਪਤਾ ਦੇ ਸ਼ਬਦਾਂ ਦੇ ਨਾਲ ਸਹਿਮਤਾਂ ਕਿ ਸ਼ਹੀਦਾਂ ਦੀ ਰਾਖ ਹੇਠੋਂ ਸਿੱਖ ਵਧੇਰੇ ਗੌਰਵ ਅਤੇ ਸ਼ਾਨ ਨਾਲ ਉੱਭਰੇ ਮੋਇਨ ਦੇ ਯਤਨਾਂ ਤੋਂ ਉਸ ਨੂੰ ਕੁਝ ਪ੍ਰਾਪਤ ਨਾ ਹੋਇਆ ਸਿੱਖਾਂ ਨੇ ਉਸ ਨੂੰ ਕਦੇ ਸ਼ਾਂਤੀ ਨਾਲ ਨਾ ਰਹਿਣ ਦਿੱਤਾ ਉਸ ਨੇ ਜਿੰਨੀ ਜ਼ਿਆਦਾ ਸਖਤੀ ਕੀਤੀ ਉਹਨੇ ਹੀ ਸਿੱਖ ਦਲੇਰ ਹੁੰਦੇ ਗਏ ਪਿਆਰੇ ਵਿਦਿਆਰਥੀਓ ਅਸੀਂ ਤੁਹਾਡਾ ਲੈਸਨ ਅਬਦੁਸ ਸਮਦ ਖਾਨ ਜਕਰੀਆ ਖਾਨ ਅਤੇ ਮੀਰ ਮੰਨੂ ਉਹਨਾਂ ਦੇ ਸਿੱਖਾਂ ਨਾਲ ਸੰਬੰਧ ਪੂਰਾ ਕਰ ਲਿਆ ਆਓ ਕੁਝ ਮਹੱਤਵਪੂਰਨ ਪ੍ਰਸ਼ਨ ਦੇਖੀਏ ਪਹਿਲਾ ਪ੍ਰਸ਼ਨ ਜਾਈਆ ਖਾਨ ਦਾ ਸ਼ਾਸਨ ਕਾਲ ਦੱਸਣਾ ਸੀ 1746 ਤੋਂ 47 ਈਸਵੀ ਪਹਿਲਾ ਕੱਲੂ ਕਾਰਾ ਕਦੋਂ ਹੋਇਆ ਮਈ 1746 ਲਖਪਤ ਰਾਏ ਕੌਣ ਸੀ ਜਾਈਆ ਖਾਨ ਦਾ ਦੀਵਾਨ ਸੀ ਮੀਰ ਮੰਨੂ ਨੇ ਅਬਦਾਲੀ ਨੂੰ ਕਦੋਂ ਹਰਾਇਆ 1748 ਵਿੱਚ ਮੰਨੂਪੁਰ ਦੀ ਲੜਾਈ ਦੇ ਵਿੱਚ ਰਾਮਰਾਉਣੀ ਦੇ ਕਿਲੇ ਦਾ ਘੇਰਾ ਕਦੋਂ ਪਿਆ 1748 ਦੇ ਵਿੱਚ ਅਬਦਾਲੀ ਦਾ ਦੂਜਾ ਹਮਲਾ 20 1748 ਦੇ ਵਿੱਚ ਮੀਰ ਮੰਨੂ ਦੀ ਮੌਤ ਕਦੋਂ ਹੋਈ 3 ਨਵੰਬਰ 1753 ਈਸਵੀ ਦੇ ਵਿੱਚ ਮੀਰ ਮੰਨੂ ਨਾਲ ਸੰਬੰਧਿਤ ਪ੍ਰਚਲਿਤ ਅਖਾਣ ਕਿਹੜਾ ਵਾ ਇਹ ਆ ਬੇਟਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਣ ਸੁਵਾਈ ਹੋਏ ਪਿਆਰੇ ਵਿਦਿਆਰਥੀਓ ਉਮੀਦ ਆ ਕਿ ਤੁਹਾਨੂੰ ਲੈਸਨ ਸਮਝ ਆ ਗਿਆ ਹੋਵੇਗਾ ਧੰਨਵਾਦ